guys, assalamu alaikum, sasyakal adab, and welcome back to our channel. This is Aliza and this is Misbah. So guys, I hope to jithe hoge vadhiya hoge theek thaak hoye hamesha khush ho aur aapda dil mein kare. Aaj di jehdi saadi reaction video hai oh babbu maan ji de song de teaser te, and song da name hai motor te meter te. Aao dekhne hai teaser kidda da te saada ki reaction hunda. Exactly dekhne hai ki teaser kidda da te saada ki reaction hunda hai, because jo name hai motor te meter bahut attractive name lag reha hai, te dekhange ki teaser kidda da. ਤੇ ਨਾਲੇ ਦੇਖਾਂਗੇ ਸਾਡਾ ਕੀ ਰਿਐਕਸ਼ਨ ਹੁੰਦਾ ਹੈ ਤੇ ਕਰਦੇ ਆ ਵੀਡੀਓ ਸਟਾਰਟ। ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਸਾਡੀ ਰਿਕੁਐਸਟ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਕਲਿੱਕ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੋਂ ਟਾਈਮ ਮਿਲਦਾ ਰਹੇ। ਤੇ ਚਲੋ ਚੱਲਦੇ ਆ ਵੀਡੀਓ ਵੱਲ, ਲੈਟਸ ਸਟਾਰਟ ਨਾਓ ਵੀਡੀਓ। ਐਂਡ ਕਿਸੇ ਵੀ ਵੀਡੀਓ ਦਾ ਲਿੰਕ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਮੇਰਾ ਦਿਲ ਜਿਹਾ ਕੱਟਦਾ ਜਾਂਦਾ ਤੇ ਕਿਹੜੀ ਜਿਹੀ ਬਿਲ ਬਲੀਏ, ਮੋਟਰ ਤੇ ਮੀਟਰ ਲਾ ਗਏ, ਮੋਟਰ ਤੇ ਮੀਟਰ ਲਾ ਗਏ, ਹੁਣ ਦੇਣਾ ਪੈਣਾ ਬਿਲ ਬਲੀਏ, ਹਰ ਚੀਜ਼ ਸੇਲ ਤੇ ਲਾ ਦਿੱਤੀ, ਆਖਰੀ ਔਕਾਤ ਦਿਖਾ ਦਿੱਤੀ, ਹਰ ਚੀਜ਼ ਸੇਲ ਤੇ ਲਾ ਦਿੱਤੀ, ਆਖਰੀ ਔਕਾਤ ਦਿਖਾ ਦਿੱਤੀ, ਅੱਜ ਸਾਰ ਖੇਤ ਨੂੰ ਪੈ ਗਏ, ਅੱਜ ਸਾਰ ਖੇਤ ਨੂੰ ਪੈ ਗਏ, ਖੋ ਕੇ ਲੈ ਜਾਣਗੇ ਮਿਲ ਬਲੀਏ, ਮੀਟਰ ਲਾ ਗਏ, ਹੁਣ ਦੇਣਾ ਪੈਣਾ ਬਿਲ ਬਲੀਏ, ਮੋਟਰ ਦੇ ਮੀਟਰ ਲਾ ਗਏ, ਹੁਣ ਦੇਣਾ ਪੈਣਾ ਬਿਲ ਬਲੀਏ। ਸੋ ਗਾਈਜ਼, ਤੁਸੀਂ ਬੱਬੂ ਮਾਨ ਜੀ ਦੇ ਗਾਣੇ ਦੇ ਟੀਜ਼ਰ ਤੇ ਮੀਟਰ ਜੋ ਕਿ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਵਧੀਆ ਉਹਨਾਂ ਨੇ ਗਾਇਆ ਅਤੇ ਬਹੁਤ ਪਿਆਰਾ ਕਿਹਾ। ਅਤੇ ਮੋਟਰ ਅਤੇ ਮੀਟਰ ਦੀ ਸਟੋਰੀ ਕੁਛ ਇੱਦਾਂ ਹੈ, ਮਤਲਬ ਜੋ ਕਿ ਇੰਡੀਅਨ ਗੌਰਮੈਂਟ ਨੇ ਕਿਸਾਨਾਂ ਵਾਸਤੇ ਬਿੱਲ ਕੱਢੇ ਨੇ, ਉਹਨਾਂ ਵਿੱਚੋਂ ਇੱਕ ਬਿੱਲ ਇਹ ਵੀ ਹੈ ਕਰਦੇ ਪੰਜਾਬ ਦੇ ਜੋ ਕਿਸਾਨ ਸੀ ਉਹ ਪਹਿਲੇ ਮੋਟਰ ਦੇ ਜੋ ਚਲਾਉਂਦੇ ਸੀ, ਪਹਿਲਿਆਂ ਨੂੰ ਪਾਣੀ ਜੋ ਲਾਉਂਦੇ ਸੀ ਉਹਨਾਂ ਦਾ ਬਿੱਲ ਉਹਨਾਂ ਨੂੰ ਨਹੀਂ ਸੀ ਦੇਣਾ ਪੈਂਦਾ, ਲੇਕਿਨ ਗੌਰਮੈਂਟ ਨੇ ਇਹ ਬਿੱਲ ਕੱਢਿਆ ਕਿ ਹੁਣ ਜਦੋਂ ਉਹ ਮੋਟਰ ਚਲਾਨ ਕਰਨਗੇ ਤਾਂ ਉਹਨਾਂ ਨੂੰ ਉਸ ਮੋਟਰ ਦਾ ਵੀ ਪਾਣੀ ਦਾ ਵੀ ਬਿੱਲ ਦੇਣਾ ਪੇ ਕਰੇਗਾ। ਬੱਬੂ ਮਾਨ ਜੀ ਦਾ ਇਹ ਗਾਣਾ ਉਸ ਗੱਲ ਨੂੰ ਲੈ ਕੇ, ਉਸ ਰਿਐਲਿਟੀ ਨੂੰ ਲੈ ਕੇ ਬੱਬੂ ਮਾਨ ਜੀ ਨੇ ਗਾਣਾ ਬਣਾਇਆ ਹੈ ਕਿ ਕਿਸਾਨਾਂ ਜਿਹੜੇ ਸੀ ਚੜ੍ਹਦੇ ਪੰਜਾਬ ਦੇ ਜੋ ਕਿਸਾਨ ਸੀ ਪਹਿਲੇ ਉਹ ਬਿੱਲ ਨਹੀਂ ਸੀ ਦਿੰਦੇ, ਲੇਕਿਨ ਹੁਣ ਉਹਨਾਂ ਨੂੰ ਬਿੱਲ ਦੇਣਾ ਪਏਗਾ। ਐਂਡ ਅਗਰ ਦੇਖਿਆ ਜਾਏ ਪੈਲੀ ਨੂੰ ਇੰਨਾ ਜ਼ਿਆਦਾ ਪਾਣੀ ਲੱਗ ਜਾਏ ਅਤੇ ਅਗਰ ਇੱਕ ਕਿਸਾਨ ਕੋਲ ਬਹੁਤ ਜ਼ਿਆਦਾ ਪੈਲੀ ਹੋਏ, 100 ਕਿੱਲੇ ਪੈਲੀ ਹੋਏ, ਅਤੇ ਉਹ ਕਿਸ ਤਰ੍ਹਾਂ ਇੰਨਾ ਜ਼ਿਆਦਾ ਬਿੱਲ ਦੇਗਾ, ਕਿਉਂਕਿ ਆਪਣੀ ਫਸਲ 'ਚੋਂ ਇੰਨਾ ਜ਼ਿਆਦਾ ਪ੍ਰੋਫਿਟ ਨਹੀਂ ਬਚਦਾ ਜਿੰਨਾ ਕਿ ਖਰੀਦਣ ਵਾਲੇ ਨੂੰ ਪ੍ਰੋਫਿਟ ਹੁੰਦਾ, ਇੰਨਾ ਕਿਸਾਨ ਨੂੰ ਪ੍ਰੋਫਿਟ ਨਹੀਂ ਹੁੰਦਾ। ਅਤੇ ਅਗਰ ਇੱਕ ਇਨਸਾਨ ਕੋਲ 100 ਕਿੱਲੇ ਪੈਲੀ ਹੈ ਅਤੇ ਉਹਦਾ ਬਿੱਲ ਕਿੱਦਾਂ ਦੇਗਾ, ਇਹ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਏਗੀ। ਐਂਡ ਗੌਰਮੈਂਟ ਨੂੰ ਚਾਹੀਦਾ ਕਿ ਉਹ ਕਿਸਾਨਾਂ ਨਾਲ ਕੰਪਰੋਮਾਈਜ਼ ਕਰੇ ਅਤੇ ਉਹਨਾਂ ਦੇ ਬਿੱਲ ਜਿਸ ਤਰ੍ਹਾਂ ਉਹ ਪਹਿਲੇ ਫ੍ਰੀ ਬਿਜਲੀ ਚਲਾਉਂਦੇ ਸੀ ਉਹ ਉਸੇ ਤਰ੍ਹਾਂ ਬਿਜਲੀ ਚਲਾਉਣ, ਬਿਕੋਜ਼ ਘਰਾਂ ਦੀ ਤਾਂ ਬਿੱਲ ਦਿੰਦੇ ਹੀ ਦਿੰਦੇ ਨੇ, ਅਤੇ ਆਈ ਥਿੰਕ ਅਗਰ ਉਹ ਮੋਟਰ ਪੈਲੀਆਂ ਦੇ ਵੀ ਬਿੱਲ ਦੇਣਾ ਸ਼ੁਰੂ ਕਰ ਦੇਣਗੇ ਅਤੇ ਉਹਨਾਂ ਨੂੰ ਜੋ ਪ੍ਰੋਫਿਟ ਹੁੰਦਾ ਉਹ ਵੀ ਉਹਨਾਂ ਨੂੰ ਪ੍ਰੋਫਿਟ ਨਹੀਂ ਹੋਏਗਾ। ਇਸ ਲਈ ਗੌਰਮੈਂਟ ਨੂੰ ਚਾਹੀਦਾ ਕਿ ਕਿਸਾਨ ਨੂੰ ਪਹਿਲੇ ਤਰ੍ਹਾਂ ਹੀ ਮੋਟਰ ਜੋ ਪੈਲੀਆਂ ਦਾ ਬਿੱਲ ਹੈ ਉਹ ਨਾ ਦੇਣਾ ਪਏ, ਉਹਨਾਂ ਨੂੰ ਫ੍ਰੀ ਹੀ ਉਹ ਪਾਣੀ ਮਿਲੇ। ਅਤੇ ਆਈ ਹੋਪ ਕਿ ਤੁਹਾਨੂੰ ਟੀਜ਼ਰ ਅੱਛਾ ਲੱਗਾ ਹੋਏਗਾ, ਗਾਣਾ ਵੀ ਜਲਦੀ ਹੀ ਆਉਣ ਵਾਲਾ ਹੈ, ਸਾਨੂੰ ਸਭ ਨੂੰ ਵੇਟ ਹੈ। ਅਤੇ ਬੱਬੂ ਮਾਨ ਜੀ ਦਾ ਗਾਣਾ ਹੈ ਤਾਂ ਆਮ ਸ਼ੋਰ ਕਿ ਗਾਣਾ ਵਧੀਆ ਹੀ ਹੋਏਗਾ, ਬਹੁਤ ਕਮਾਲ ਦਾ ਹੋਏਗਾ। ਅਤੇ ਜੈਸੇ ਹੀ ਗਾਣਾ ਆਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਪੂਰੇ ਗਾਣੇ ਉੱਤੇ ਵੀ ਆਪਣਾ ਰਿਐਕਸ਼ਨ ਬਣਾਈਏ ਅਤੇ ਦੇਖਾਂਗੇ ਕਿ ਗਾਣਾ ਕਿੱਦਾਂ ਦਾ, ਨਾਲ ਹੀ ਦੇਖਾਂਗੇ ਸਾਡਾ ਕੀ ਰਿਐਕਸ਼ਨ ਹੋਏਗਾ। ਅਤੇ ਟੀਜ਼ਰ ਵੀ ਬਹੁਤ ਜ਼ਿਆਦਾ ਕਮਾਲ ਦਾ, ਅਤੇ ਆਈ ਹੋਪ ਕਿ ਸਾਡਾ ਰਿਐਕਸ਼ਨ ਵੀ ਤੁਹਾਨੂੰ ਅੱਛਾ ਲੱਗਾ ਹੋਏਗਾ। ਅਤੇ ਅਗਰ ਸਾਡਾ ਰਿਐਕਸ਼ਨ ਅੱਛਾ ਲੱਗਿਆ ਤਾਂ ਪਲੀਜ਼ ਗਾਈਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਅੱਲਾ ਹਾਫਿਜ਼।